ਦੋਸਤੋ ਨਮਸਕਾਰ ਮਾਈ ਸੈਲਫ ਫਾਰਸੀ ਮੋਟਨ ਔਰ ਇਸ ਵਕਤ ਮੈਂ ਹਾਂ Orinda Software Office Roopar ਦੇ ਵਿੱਚ ਜਿੱਥੇ ਹਰ ਹਫਤੇ 5 ਵਜੇ ਅਸੀਂ ਮੀਟਿੰਗ ਕਰਦੇ ਹਾਂ ਔਨ ਪੈਸਿਵ ਦੀ ਔਨ ਪੈਸਿਵ ਕੀ ਚੀਜ਼ ਹੈ ਇਹਦੇ ਬਾਰੇ ਜਿਹੜਾ ਮੈਂ ਗੱਲ ਸ਼ੇਅਰ ਕਰਾਂਗਾ ਔਨ ਪੈਸੇ ਇੰਟਰਨੈਟ ਦੇ ਖੇਤਰ ਦੇ ਵਿੱਚ ਇੱਕ ਬਹੁਤ ਬੜਾ ਤੂਫਾਨ ਲੈ ਕੇ ਆਣੇ ਵਾਲਾ ਹੈ ਔਰ ਅੱਜ ਇਹਦੇ ਫਾਊਂਡਰ ਬਣ ਜਾ ਰਹੇ ਨੇ ਇਸ ਔਨ ਪ੍ਰੈਸੂਰ ਦੇ ਵਿੱਚ ਫਾਊਂਡਰ ਬਣਾਉਣਾ ਕੋਈ ਮਹੱਤਵਪੂਰਨ ਗੱਲ ਨਹੀਂ ਹੈਗੀ ਬਟ ਫਾਊਂਡਰ ਬਣ ਜਾਣਾ ਇਹ ਮਹੱਤਵਪੂਰਨ ਗੱਲ ਹੈ ਕਿਉਂਕਿ ਜਿਹੜੇ ਲੋਕ ਫਾਊਂਡਰ ਬਣਨਗੇ ਉਹਨਾਂ ਦੇ ਕੋਲ ਬਹੁਤ ਵੱਡੀ ਇਨਕਮ ਆਉਣ ਦਾ ਰਸਤਾ ਜੋ ਹੈ ਉਹ ਖੁੱਲ ਜਾਏਗਾ ਹਾਲਾਂਕਿ ਸਮਾਂ ਬਹੁਤ ਘੱਟ ਰਹਿ ਗਿਆ ਇੱਕ ਫਾਊਂਡਰ ਬਣੇ ਕਦੀ ਵੀ ਬੰਦ ਹੋ ਸਕਦੇ ਆ ਇਹ ਕੋਈ ਮਨੀ ਸਰਕਲ ਸਕੀਮ ਨਹੀਂ ਹੈ ਨਾ ਹੀ ਕੋਈ ਨੈਟਵਰਕਿੰਗ ਹੈ ਇਹ ਸਿਰਫ ਔਰ ਸਿਰਫ ਇੰਟਰਨੈਟ ਹੈ ਔਰ ਇਹਦੇ ਵਿੱਚ ਬਹੁਤ ਸਾਰੀਆਂ ਐਪਸ ਜਿਹੜੀਆਂ ਹਨ ਉਹ ਆਉਣ ਵਾਲੀਆਂ ਇੱਕ ਹੀ ਪਲੇਟਫਾਰਮ ਤੇ ਸਾਨੂੰ ਬਹੁਤ ਸਾਰੀਆਂ ਐਪਸ ਜੋ ਹੈ ਉਹ ਮਿਲਲੇ ਬਾਰੇ ਸੋ ਕਿਸੇ ਵੀ ਚੀਜ਼ ਨੂੰ ਚਲਾਉਣ ਵਾਸਤੇ ਦੋ ਲੋਕ ਮਹੱਤਵਪੂਰਨ ਹੁੰਦੇ ਨੇ ਇੱਕ ਤਾਂ ਕੰਪਨੀ ਦੇ ਔਲਤ ਔਰ ਦੂਜਾ ਤੁਸੀਂ ਲੋਕ ਸੋ ਤੁਸੀਂ ਜਲਦੀ ਤੋਂ ਜਲਦੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਹੋ ਔਰ ਆਪਣੀਆਂ ਉਹ ਸਾਰੀਆਂ ਖੁਆਇਸ਼ਾਂ ਪੂਰੀਆਂ ਕਰ ਸਕਦੇ ਹੋ ਚਾਹੇ ਤੁਸੀਂ ਅਨਪੜੋ ਤਾਂ ਵੀ ਅਗਰ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਤਾਂ ਵੀ ਕੰਮ ਕਰਕੇ ਤਾਂ ਪੈਸਾ ਹਰ ਜਗ੍ਹਾ ਤੇ ਮਿਲਦਾ ਪਰ ਇੱਕ ਇਹੀ ਐਸਾ ਪਲੇਟਫਾਰਮ ਹੈ ਅਗਰ ਤੁਸੀਂ ਕੰਮ ਨਹੀਂ ਵੀ ਕਰੋਗੇ ਤਾਂ ਵੀ ਤੁਹਾਨੂੰ ਪੈਸੇ ਆਣਗੇ ਔਰ ਐਨੇ ਪੈਸੇ ਆਉਣਗੇ ਜਿਹਦਾ ਤੁਸੀਂ ਕਦੀ ਅੰਦਾਜ਼ਾ ਨਹੀਂ ਲਗਾਏ ਹੋਏਗਾ ਸੋ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਖੁਸ਼ਹਾਲ ਜ਼ਿੰਦਗੀ ਵਾਸਤੇ ਔਨ ਪੈਸਿਵ ਦੇ ਵਿੱਚ ਤੁਸੀਂ ਆਓ ਕਿਉਂਕਿ ਆਨ ਪੈਸਿਵ ਦੇ ਵਿੱਚ ਅੱਜ ਫਾਊਂਡਰ ਬਣ ਜਾ ਰਹੇ ਨੇ ਔਰ ਇਹ ਮੌਕਾ بار بار ਨਹੀਂ ਮਿਲੇਗਾ। ਇਸ ਕਰਕੇ ਇਸ ਚੀਜ਼ ਨੂੰ ਸਮਝੋ ਹਰ ਹਫਤੇ ਸ਼ਾਮ ਨੂੰ 5 ਵਜੇ ਮੀਟਿੰਗ ਹੁੰਦੀ ਹੈ ਅਰੀਨਾ ਸੌਫਟਵੇਅਰ ਆਫਿਸ ਰੂਪਰ ਦੇ ਵਿੱਚ ਇੱਥੇ ਬਹੁਤ ਸਾਰੇ ਡਾਊਟਸ ਜੋ ਹੈ ਉਹ ਕਲੀਅਰ ਕੀਤੇ ਜਾਂਦੇ ਨੇ ਕਿਸੇ ਤੇ ਕੋਈ ਕੁਐਸਚਨ ਹੈਗਾ ਉਹ ਵੀ ਜੋ ਹੈ ਉਹਦੇ ਆਨਸਰ ਦਿੱਤੇ ਜਾਂਦੇ ਆ। ਸੋ ਜਿਸ ਮੀਟਿੰਗ ਦੇ ਵਿੱਚ ਤੁਸੀਂ ਅੱਜ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਥੈਂਕਸ ਕਰਦਾ ਔਰ ਨੈਕਸਟ ਮੀਟਿੰਗ ਦੇ ਵਿੱਚ ਫਿਰ ਤੁਸੀਂ ਜ਼ਰੂਰ ਆਉਣਾ ਹੈ ਤਾਂ ਜੋ ਇਸ ਮੀਟਿੰਗ ਨੂੰ ਅਸੀਂ ਬਰਕਰਾਰ ਰੱਖ ਸਕੀਏ ਔਰ ਬਹੁਤ ਸਾਰੇ ਲੋਕਾਂ ਨੂੰ ਅੱਛੀ ਜ਼ਿੰਦਗੀ ਦੇਣ ਦੇ ਵਿੱਚ ਥੋੜਾ ਯੋਗਦਾਨ ਪਾ ਸਕੀਏ ਸੋ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੰਨੇ ਕਹਾਂਗਾ ਥੈਂਕ ਯੂ ਵੈਰੀ ਮਚ